ਨਸ਼ਾ ਤਸਕਰਾਂ ਦੇ ਵਿਰੁੱਧ ਜਿਹੜੀ ਕਾਨੂੰਨੀ ਕਾਰਵਾਈ ਸਖ਼ਤ ਤੋਂ ਸਖ਼ਤ ਕਰਨ ਦੇ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹ ਜਲੰਧਰ ਦਿਹਾਤੀ ਪੁਲਿਸ ਦੇ ਕਪਤਾਨ ਸ਼੍ਰੀ ਹਰਕਮਲਪ੍ਰੀਤ ਸਿੰਘ ਖੱਖ ਜੀ ਵੱਲੋਂ ਦਿੱਤੇ ਗਏ ਹਨ, ਜਿਨ੍ਹਾਂ ਦੀ ਲੜੀ ਦੇ ਵਿੱਚ ਮਿਤੀ 23/9/2024 ASI ਉਮੇਸ਼ ਕੁਮਾਰ ਚੌਕੀ ਇੰਚਾਰਜ ਅਲਾਵਲਪੁਰ ਵੱਲੋਂ ਅਲਾਵਲਪੁਰ ਦੇ ਏਰੀਆ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਕੋਲੋਂ 1500 ਗ੍ਰਾਮ ਦੇ ਦੋ ਲਿਫਾਫੇ ਜਿਨ੍ਹਾਂ ਦੇ ਵਿੱਚ ਕਿ ਅਫੀਮ ਸੀ, ਟੋਟਲ 3 ਕਿਲੋ ਅਫੀਮ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਹੈ। ਇਹ ਜਿਹੜੇ ਨਸ਼ਾ ਤਸਕਰ ਨੇ ਇਹਨਾਂ ਦੇ ਬਾਰੇ ਜਦੋਂ ਡੂੰਘਾਈ ਨਾਲ ਹੋਰ ਤਫਤੀਸ਼ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਨੂੰ ਜਿਹੜਾ ਵਿਅਕਤੀ ਦਿਸ਼ਾ ਨਿਰਦੇਸ਼ ਦਿੰਦਾ ਜਾਂ ਇਹਨਾਂ ਨੂੰ ਜਿਹੜਾ ਅੱਗੇ ਕੰਮ ਕਰਨ ਦੇ ਵਾਸਤੇ ਉਤਸ਼ਾਹਿਤ ਕਰਦਾ ਉਹ ਵਿਅਕਤੀ ਜੇਲ੍ਹ ਦੇ ਵਿੱਚ ਬੈਠਾ, ਤਾਂ ਜੇਲ੍ਹ ਵਿੱਚੋਂ ਇਹ ਨੈਟਵਰਕ ਚਲਾ ਰਿਹਾ। ਤਾਂ ਇਸ ਨੈਕਸਸ ਨੂੰ ਤੋੜਨ ਵਾਸਤੇ ਜਿੰਨੇ ਵੀ ਟੈਕਨੀਕਲ ਟੂਲਸ ਆਫ ਇਨਵੈਸਟੀਗੇਸ਼ਨ ਨੇ ਉਹਨਾਂ ਦੀ ਵਰਤੋਂ ਕਰਦੇ ਹੋਏ ਜਿਹੜਾ ਜੇਲ੍ਹ ਵਿੱਚ ਬੈਠੇ ਸਰਗਨਾ ਨੂੰ ਉਹਦੇ ਖਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿਹੜੇ ਬੈਕਵਰਡ ਲਿੰਕੇਜ ਔਰ ਫਾਰਵਰਡ ਲਿੰਕੇਜ ਜਿਹੜੀ ਇਸ ਕੇਸ ਦੇ ਵਿੱਚ ਜਿਹੜੀ ਕਿ ਬਹੁਤ ਜ਼ਰੂਰੀ ਹੈ ਕਿ ਇਹ ਅਫੀਮ ਕਿੱਥੋਂ ਆਈ ਅਤੇ ਕਿੱਥੇ ਜਾਣੀ ਸੀ, ਇਹਦੇ ਉੱਤੇ ਵੀ ਅਸੀਂ ਜਿਹੜੀ ਹੈ ਤਫਤੀਸ਼ ਕਰ ਰਹੇ ਹਾਂ। ਤੋ ਇਹਦੇ ਨਾਲ ਜਿਹੜਾ ਨਸ਼ਾ ਤਸਕਰਾਂ ਦਾ ਲੱਕ ਤੋੜਨ ਵਿੱਚ ਪੁਲਿਸ ਨੂੰ ਭਾਰੀ ਕਾਮਯਾਬੀ ਮਿਲੇਗੀ। ਜੈ ਹਿੰਦ।